स्वागत है जी तुहाडा जिहड़ा KMP रोड जाम कर दिया ਤਾਂ ਜਿਹੜਾ ਹਮਲਾ ਹੋਇਆ ਸੀ ਰਕੇਸ਼ ਟਿਕੈਤ ਦੇ ਉੱਪਰ ਉਹਨੂੰ ਲੈ ਕੇ ਗੁੱਸੇ ਵਿੱਚ ਆਏ ਜਿਹੜੇ ਕਿਸਾਨ ਸੀ ਉਹਨਾਂ ਦੇ ਵੱਲੋਂ KMP ਜਿਹੜਾ ਹਾਈਵੇ ਆ ਉਸ ਨੂੰ ਜਾਮ ਕਰ ਦਿੱਤਾ ਗਿਆ ਜਿਹੜਾ ਕੁਛ ਹੀ ਟਾਈਮ ਪਹਿਲਾਂ ਜਿਹੜੀ ਕਾਲ ਦਿੱਤੀ ਗਈ ਸੀ ਤਾਂ ਪਿੱਛੇ ਤੁਸੀਂ ਦੇਖ ਸਕਦੇ ਹੋ ਜਿਹੜੇ ਟਰੱਕਾਂ ਦੇ ਟਰੱਕ ਆ ਜਿਹੜੇ ਕਾਫਲਿਆਂ ਦੇ ਵਿੱਚ ਜਿਹੜੇ ਰੁਕ ਚੁੱਕੇ ਨੇ ਜਿਹੜਾ ਵੱਡਾ ਜਾਮ ਹੈ ਉਹ ਲੱਗ ਚੁੱਕਿਆ ਤਾਂ ਜਿਹੜੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਹੈ ਉਹ ਵੀ ਪਹੁੰਚ ਰਹੇ ਨੇ ਤਾਂ ਕਿਸਾਨ ਪਹੁੰਚਣੇ ਸ਼ੁਰੂ ਹੋ ਗਏ ਨੇ ਟਰਾਲੀਆਂ ਦੇ ਵਿੱਚ ਤਾਂ ਕੁਛ ਨੌਜਵਾਨ ਇੱਥੇ ਪਹਿਲਾਂ ਹੀ ਮੌਜੂਦ ਨੇ ਕੁਲਦੀਪ ਯਾਦਵ ਹੈ ਜਿਹਦਾ ਨਾਂ ਆ ਰਿਹਾ ਅੱਗੇ ਜਿੰਨਾ ਚਿਰ ਤੱਕ ਸਰਕਾਰ ਕੋਈ ਢੁਕਵੀਂ ਕਾਰਵਾਈ ਉਹਦੇ ਤੇ ਨਹੀਂ ਕਰਦੀ ਉਹਨਾਂ ਚਿਰ ਤੱਕ ਅਸੀਂ ਇੱਥੇ ਬੈਠੇ ਹਾਂ ਤੇ ਦੂਜਾ ਅਸੀਂ ਬੇਨਤੀ ਕਰਦੇ ਹਾਂ ਕਿ ਸਾਨੂੰ ਸ਼ਾਂਤ ਮੀਟਿੰਗ ਤਰੀਕੇ ਨਾਲ ਹੀ ਲੜ ਲੈਣ ਦਿਓ ਮਜਬੂਰ ਨਾ ਕਰੋ ਪੰਜਾਬ ਦੀ ਜਵਾਨੀ ਨੂੰ ਕਿ ਉਹ ਕੋਈ ਇਸ ਕਿਸਮ ਦਾ ਹਿੰਸਕ ਤਰੀਕਾ ਅਪਣਾਵੇ ਜਿਹਦੇ ਨਾਲ ਫਿਰ ਤੁਸੀਂ ਸਾਨੂੰ ਬਾਅਦ ਦੇ ਵਿੱਚ ਬ੍ਰੈਂਡ ਕਰੋਗੇ ਅੱਤਵਾਦੀ ਹੈ ਅਸੀਂ ਕਰਨਾ ਨਹੀਂ ਚਾਹੁੰਦੇ ਪਰ ਨਾਲ ਇਹ ਵੀ ਆ ਕਿ ਸਾਡੇ ਹੱਥ ਨਹੀਂ ਬੰਨੇ ਹੋਏ ਜੇ ਤੁਸੀਂ ਇੱਦਾਂ ਸਾਡੇ ਆਗੂ ਨੂੰ ਟਾਰਗੇਟ ਕਰੋਗੇ ਫਿਰ ਅਸੀਂ ਵੀ ਕੋਈ ਅਗਲਾ ਰਾਹ ਪੁੱਛਾਂਗੇ ਤਾਂ ਇਹਨਾਂ ਦੇ ਵਿੱਚੋਂ ਕੁਝ ਨੌਜਵਾਨ ਨੇ ਸਾਡੇ ਨਾਲ ਗੱਲਬਾਤ ਕਰਾਂਗੇ ਕੀ ਮਸਲਾ ਪੂਰਾ ਕਿ ਜਿਹੜਾ ਰਕੇਸ਼ ਟਿਕੈਤ ਦੇ ਉੱਪਰ ਹਮਲਾ ਹੁੰਦਾ ਹੈ ਉਸ ਨੂੰ ਲੈ ਕੇ ਜਿਹੜਾ ਗੁੱਸੇ ਵਿੱਚ ਨੌਜਵਾਨ ਆਏ ਸੀ ਉਹਨਾਂ ਦਾ ਤਾਂ ਜਿਹੜਾ ਰੋਡ ਜਾਮ ਕੀਤਾ ਗਿਆ ਦੇਖੋ ਜੀ ਵਾਰ ਵਾਰ ਸਾਡੇ ਕਿਸਾਨ ਵੀਰਾਂ ਨੂੰ ਸਾਡੇ ਕਿਸਾਨ ਆਗੂਆਂ ਨੂੰ ਟਾਰਗੇਟ ਕੀਤਾ ਜਾਂਦਾ ਜਿਹੜਾ ਕਿ ਸਾਡੇ ਤੋਂ ਇਹ ਬਰਦਾਸ਼ਤ ਨਹੀਂ ਹੁੰਦਾ ਅਸੀਂ ਬਹੁਤ ਸਬਰ ਨਾਲ ਇੱਥੇ ਬੈਠੇ ਹੋਏ ਹਾਂ 4 ਮਹੀਨਿਆਂ ਤੋਂ ਲਗਾਤਾਰ ਸ਼ਾਂਤਮਈ ਤਰੀਕੇ ਨਾਲ ਅਸੀਂ ਇਸ ਤੇ ਧਰਨੇ ਦੇ ਵਿੱਚ ਬੈਠੇ ਹੋਏ ਹਾਂ ਕਦੇ ਕਿਸੇ ਨੇ ਮਤਲਬ ਕੋਈ ਹੁਲੜਬਾਜ਼ੀ ਨਹੀਂ ਕੀਤੀ ਪਰ ਇਹ ਸਰਕਾਰਾਂ ਇਸ ਟਾਈਮ ਮਜਬੂਰ ਕਰ ਰਹੀਆਂ ਕਿ ਕਿਤੇ ਨਾ ਕਿਤੇ ਮਾਹੌਲ ਖਰਾਬ ਹੋਵੇ ਹੁਣ ਸਾਡੇ ਕਿਸਾਨ ਆਗੂਆਂ ਨੂੰ ਜਿਹੜੇ ਸਾਡੇ ਰਕੇਸ਼ ਟਿਕੈਤ ਜੀ ਨੂੰ ਇਸ ਟਾਈਮ ਨਿਸ਼ਾਨਾ ਬਣਾਇਆ ਗਿਆ ਜਿਹੜਾ ਕਿ ਅਸੀਂ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਦੇ ਔਰ ਇਹ ਤੁਸੀਂ ਹੁਣ ਦੇਖ ਸਕਦੇ ਹੋ ਕਿ ਇੱਥੇ ਹੁਣ ਸਾਨੂੰ ਕਾਲ ਆਈ ਇੱਕ ਨਿੱਕੀ ਜਿਹੀ ਕਾਲ 'ਤੇ ਅਸੀਂ ਇਹ ਸਾਰਾ KMP ਬੰਦ ਕੀਤਾ ਔਰ ਜਦੋਂ ਤੱਕ ਵੀ ਇਹ ਸਾਨੂੰ ਬੰਦ ਕਰਨਾ ਪਿਆ ਅਸੀਂ ਹੁਣ ਬੰਦ ਕਰਾਂਗੇ ਕਿਉਂਕਿ ਸਾਨੂੰ ਇੱਟ ਦਾ ਜਵਾਬ ਪੱਥਰ ਨਾਲ ਦੇਣਾ ਵੀ ਆਉਂਦਾ ਅਸੀਂ ਆਰਾਮ ਨਾਲ ਬੈਠੇ ਸੀ ਇਹ ਵਾਰ ਵਾਰ ਜਿੰਨੇ ਵੀ ਇਹ ਮੋਦੀ ਦੇ ਜਿਹੜੇ ਪਹਾੜੇ ਦੇ ਟੱਟੂ ਹੈ ਉਹ ਆ ਕੇ ਇਹ ਪੰਗੇ ਲੈਂਦੇ ਆ ਕਿਉਂਕਿ ਇਹ ਇਸ ਚੀਜ਼ ਨੂੰ ਦੰਗਿਆਂ ਦੇ ਵਿੱਚ ਕਨਵਰਟ ਕਰਨਾ ਚਾਹੁੰਦੇ ਆ ਕਿਉਂਕਿ ਇੱਧਰੋਂ ਲੋਕਾਂ ਦਾ ਧਿਆਨ ਹਟ ਕੇ ਹੋਰ ਪਾਸੇ ਆ ਜੇ ਪਹਿਲਾਂ ਵੀ ਹਰ ਥਾਂ ਤੇ ਇਹਨਾਂ ਨੇ ਕਦੇ ਹਿੰਦੂ ਸਿੱਖ ਦਾ ਮਸਲਾ ਬਣਾ ਲੈਂਦੇ ਆ ਕਦੇ ਹਿੰਦੂ ਮੁਸਲਿਮ ਦਾ ਮਸਲਾ ਬਣਾ ਲੈਂਦੇ ਆ ਔਰ ਲੋਕ ਹੁਣ ਜਾਗ ਚੁੱਕੇ ਆ ਧਰਮ ਦੇ ਆਧਾਰ ਤੇ ਵੰਡੀਆਂ ਪਾ ਕੇ ਸਿਆਸਤ ਕਰਦੇ ਰਹੇ ਆ ਹੁਣ ਬੰਗਲਾਦੇਸ਼ ਗਿਆ ਉੱਥੇ ਵੀ ਤੁਸੀਂ ਦੇਖਿਆ ਕੀ ਹਾਲਾਤ ਪੈਦਾ ਕਰਤੇ ਇਹਨੇ ਖਾਸ ਤੌਰ ਤੇ MLA ਦਾ ਨਾਮ ਜਿਹੜਾ ਆ ਰਿਹਾ ਸਾਹਮਣੇ ਉਸ ਨੂੰ ਆਧਾਰ ਬਣਾਇਆ ਜਾ ਰਿਹਾ ਬਿਲਕੁਲ ਜੀ ਕੁਲਦੀਪ ਯਾਦਵ ਹੈ ਕੋਈ ਸਾਨੂੰ ਬਿਲਕੁਲ ਕਲੀਅਰ ਨਹੀਂ ਹੈ ਜੋ ਵੀ ਹੈ ਜਿਹੜਾ ਵੀ ਇਹਦੇ ਵਿੱਚ ਇਨਵੋਲਵ ਹੋਊਗਾ ਉਹਦੇ ਤੇ ਢੁਕਵੀਂ ਕਾਰਵਾਈ ਕੀਤੀ ਜਾਵੇ ਸਾਡੇ ਬੈਠੇ ਹੋਏ ਨਿਰਦੋਸ਼ ਵਿਅਕਤੀਆਂ ਤੇ ਕਈ ਵਾਰੀ ਹਮਲੇ ਹੋ ਚੁੱਕੇ ਆ ਸਿੰਘੂ ਬਾਰਡਰ ਤੇ ਵੀ ਤੁਸੀਂ ਦੇਖਿਆ ਸਾਡਾ ਇੱਕ ਨਵਰੀਤ ਸਿੰਘ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ ਸੀ 26 ਨੂੰ ਫਿਰ ਵੀ ਅਸੀਂ ਸ਼ਾਂਤਮਈ ਤਰੀਕੇ ਨਾਲ ਬੈਠੇ ਹਾਂ ਵਾਰ ਵਾਰ ਇਹ ਹਮਲੇ ਕਰ ਰਹੇ ਆ ਤਾਂ ਜੋ ਕਿਉਂਕਿ ਅਸੀਂ ਕਿਤੇ ਅਸੀਂ ਜੇ ਅੱਗੋਂ ਜਵਾਬ ਦਿੰਦੇ ਹਾਂ ਤਾਂ ਉਹ ਇੱਕ ਦੰਗਿਆਂ ਦਾ ਰੂਪ ਧਾਰਨ ਕਰੂਗਾ ਔਰ ਇਹੀ ਇਹ ਕਰਵਾਉਣਾ ਚਾਹੁੰਦੇ ਆ ਪਰ ਅਸੀਂ ਸ਼ਾਂਤਮਈ ਤਰੀਕੇ ਨਾਲ ਬੈਠੇ ਹੋਏ ਹਾਂ ਔਰ ਅਸੀਂ ਚਾਹੁੰਦੇ ਹਾਂ ਇਹਨਾਂ 'ਤੇ ਵੀ ਢੁਕਵੀਂ ਕਾਰਵਾਈ ਕੀਤੀ ਜਾਵੇ ਹੁਣ ਤੁਸੀਂ ਮਲੋਟ 'ਚ ਵੀ ਦੇਖਿਆ ਪੰਜਾਬ ਦੇ ਵਿੱਚ ਉੱਥੇ ਵੀ ਵਿਰੋਧ ਹੋਇਆ ਕਿਤੇ ਤਾਂ ਨਹੀਂ ਜਿਹੜਾ ਸ਼ਾਂਤਮਈ ਕਿਸਾਨ ਬੈਠੇ ਨੇ ਉਹਨਾਂ ਨੂੰ ਭੜਕਾਇਆ ਜਾ ਰਿਹਾ ਕਿਸੇ ਤਰੀਕੇ ਦੇ ਨਾਲ ਇਸ ਤਰ੍ਹਾਂ ਹਮਲੇ ਕਰਨੇ ਵੱਡੇ ਕਿਸਾਨ ਆਗੂ ਨੇ ਰਕੇਸ਼ ਬਿਲਕੁਲ ਜੀ ਇਹੀ ਚਾਹੁੰਦੇ ਆ ਵੀ ਇਹਨਾਂ ਨੂੰ ਕਿਵੇਂ ਨਾ ਕਿਵੇਂ ਭੜਕਾਇਆ ਜਾਵੇ ਪਰ ਅਸੀਂ ਸ਼ਾਂਤਮਈ ਤਰੀਕੇ ਨਾਲ ਬੈਠੇ ਹਾਂ ਪਰ ਅਸੀਂ ਇੱਥੇ ਬੈਠਿਆ ਤੇ ਇਹ ਵੀ ਨਹੀਂਗਾ ਵੀ ਸਾਡੇ ਸਾਹਮਣੇ ਸਾਡੇ ਬਾਪ ਦੀ ਪੱਗ ਰੁਲਦੀ ਅਸੀਂ ਨਹੀਂ ਦੇਖ ਸਕਦੇ ਕਿਉਂਕਿ ਫਿਰ ਵੀ ਅਸੀਂ ਇੱਕ ਅਣਖੀ ਕੌਮ ਹੋਈ ਆ ਸਾਡੇ ਹਰਿਆਣੇ ਵਾਲੇ ਵੀਰ ਵੀ ਜਿਨ੍ਹਾਂ ਨੇ ਤੁਸੀਂ ਦੇਖ ਸਕਦੇ ਹੋ ਚੌਪਰ ਨਹੀਂ ਉਤਰਨ ਦਿੱਤਾ ਕੱਲ੍ਹ ਚੁਟਾਲੇ ਦਾ ਔਰ ਇਸ ਟਾਈਮ ਤਾਂ ਦੋਨੇ ਭਰਾ ਇਕੱਠੇ ਆ ਹਰਿਆਣਾ ਤੇ ਪੰਜਾਬ ਜਿਹੜੇ ਹੁਣ ਤੱਕ ਦੀਆਂ ਦੇਖ ਲਓ ਪਿਛਲਾ ਇਤਿਹਾਸ ਫਰੋਲ ਕੇ ਦੇਖ ਲਓ ਸਭ ਤੋਂ ਵੱਧ ਸ਼ਹਾਦਤ ਜਿਹੜੀ ਦਿੱਤੀ ਹੈ ਜੇ ਆਰਮੀ ਦੇ ਵਿੱਚ ਵੀ ਦੇਖੀਏ ਤਾਂ ਸਭ ਤੋਂ ਵੱਧ ਜਵਾਨ ਆ ਜਿਹੜੇ ਉਹ ਪੰਜਾਬ ਤੇ ਹਰਿਆਣੇ ਦੇ ਹੀ ਹੈ ਜੇ ਅਸੀਂ ਸਰਹੱਦਾਂ ਤੇ ਲੜ ਸਕਦੇ ਹਾਂ ਤੇ ਆਪਦੇ ਹੱਕਾਂ ਲਈ ਵੀ ਲੜਨਾ ਹੁੰਦਾ ਸਾਨੂੰ ਜੀ ਬਿਲਕੁਲ ਤਾਂ ਜਿਹੜਾ ਤੁਹਾਨੂੰ ਜਾਮ ਦੀਆਂ ਤਸਵੀਰਾਂ ਦਿਖਾਉਣੇ ਆ ਤਾਂ ਇਹ ਕਿਸਾਨ ਇੱਥੇ ਮੌਜੂਦ ਨੇ ਵੱਡਾ ਜਾਮ ਹੈ ਜਿਹੜਾ ਉਹ ਲੱਗ ਚੁੱਕਿਆ KMP ਹਾਈਵੇ ਦੀਆਂ ਤਸਵੀਰਾਂ ਨੇ ਜਿਹੜੀਆਂ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਤਾਂ ਇਹ ਸਾਰੀਆਂ ਲੰਬਾ ਜਿਹੜਾ ਬਹੁਤ ਵੱਡਾ ਜਿਹੜਾ ਜਾਮ ਹੈ ਉਹ KMP ਹਾਈਵੇ ਦੇ ਉੱਪਰ ਜਿਹੜਾ ਲੱਗ ਚੁੱਕਿਆ ਰਕੇਸ਼ ਟਿਕੈਤ ਦੇ ਉੱਪਰ ਖਾਸ ਤੌਰ ਤੇ ਜਿਹੜਾ ਕਿਸਾਨਾਂ ਦਾ ਕਹਿਣਾ ਕਿ ਸ਼ਾਂਤਮਈ ਤਰੀਕੇ ਦੇ ਨਾਲ ਅਸੀਂ ਆਪਣਾ ਜਿਹੜਾ ਪ੍ਰੋਟੈਸਟ ਕਰ ਰਹੇ ਹਾਂ ਕਿਤੇ ਨਾ ਕਿਤੇ ਜਿਹੜੀ ਭੜਕਾਉਣ ਦੀ ਹੈ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਇਹ ਲਗਾਤਾਰ ਜਿਹੜੇ ਗੱਡੀਆਂ ਨੇ ਇਹ ਫਸ ਚੁੱਕੀਆਂ ਨੇ ਜਾਮ ਦੇ ਵਿੱਚ ਤਾਂ ਇਹ ਵੱਡਾ ਜਾਮ ਹੈ ਜਿਹੜਾ ਤਾਂ ਗੁੱਸੇ ਦੇ ਵਿੱਚ ਆਏ ਕਿਸਾਨਾਂ ਨੇ ਜਿਹੜਾ KMP ਹਾਈਵੇ ਆ ਉਸ ਨੂੰ ਜਾਮ ਕਰ ਦਿੱਤਾ ਤਾਂ ਇਹ ਸਾਰੀਆਂ ਲਾਈਵ ਤਸਵੀਰਾਂ ਨੇ ਜਿਹੜੀਆਂ ਤੁਸੀਂ ਦੇਖ ਰਹੇ ਹੋ ਤਾਂ ਇਹ ਤਮਾਮ ਜਿਹੜੇ ਕਿਸਾਨ ਆ
ਉਹ ਪਹੁੰਚ ਚੁੱਕੇ ਨੇ KMP ਦੇ ਉੱਪਰ ਤਾਂ KMP ਜਿਹੜਾ ਹਾਈਵੇ ਹੈ ਉਸ ਨੂੰ ਜਾਮ ਕਰ ਦਿੱਤਾ ਗਿਆ ਉਹ ਵੀ ਅਣਮਿੱਥੇ ਸਮੇਂ ਦੇ ਲਈ ਅਗਰ ਕਿਸਾਨਾਂ ਨਾਲ ਗੱਲ ਕਰੀਏ ਤਾਂ ਕਿਸਾਨਾਂ ਦਾ ਕਹਿਣਾ ਕਿ ਜਦੋਂ ਤੱਕ ਸਾਨੂੰ ਕੋਈ ਕਾਲ ਨਹੀਂ ਆਉਂਦੀ ਜਥੇਬੰਦੀਆਂ ਦੀ ਜਾਂ ਹੱਲ ਨਹੀਂ ਹੁੰਦਾ ਜਾਂ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਜਿਹੜੇ ਦੋਸ਼ੀ ਨੇ ਇਸ ਮਾਮਲੇ ਦੇ ਵਿੱਚ ਉਦੋਂ ਤੱਕ ਜਿਹੜਾ ਰੋਡ ਹੈ ਉਸ ਨੂੰ ਜਾਮ ਹੀ ਰੱਖਿਆ ਜਾਵੇਗਾ ਤਾਂ ਇਹ ਤਸਵੀਰਾਂ ਨੇ KMP ਹਾਈਵੇ ਤੋਂ ਜਿਹੜੀਆਂ ਲਾਈਵ ਤੁਸੀਂ ਦੇਖ ਰਹੇ ਹੋ ਧਰਮ ਦੇ ਆਧਾਰ ਤੇ ਇਹਨਾਂ ਨੇ ਵੰਡੀਆਂ ਪਾ ਕੇ ਇਹ ਸਾਰਾ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਕਿਵੇਂ ਨਾ ਕਿਵੇਂ ਕਦੇ ਹਿੰਦੂ ਮੁਸਲਿਮ ਕਦੇ ਹਿੰਦੂ ਸਿੱਖ ਦਾ ਆਪਸ 'ਚ ਕਰਕੇ ਇਹਨਾਂ ਨੇ ਇਹ ਤਰੀਕਾ ਅਪਣਾਇਆ ਸੀਗਾ ਪਰ ਲੋਕ ਇਹਨਾਂ ਦੀਆਂ ਨੀਤੀਆਂ ਤੋਂ ਜਾਣੂ ਹੋ ਚੁੱਕੇ ਆ ਇਹਨਾਂ ਦੀਆਂ ਗੱਲਾਂ ਦੇ ਵਿੱਚ ਆਉਣ ਵਾਲੇ ਨਹੀਂ ਗੇ ਔਰ ਇਹ ਸਮੇਂ ਸਮੇਂ 'ਤੇ ਚਾਲਾਂ ਚੱਲਦੇ ਆ ਇਹ ਮੱਕੜੀ ਆਪਦੇ ਜਾਲੇ 'ਚ ਆਪ ਹੀ ਉਲਝਦੇ ਜਾਂਦੇ ਲੱਗ ਨਹੀਂ ਰਿਹਾ ਕੁਝ ਦਿਨ ਪਹਿਲਾਂ ਪਟਿਆਲਾ ਦੇ ਵਿੱਚ ਜਿਹੜੇ ਨੌਜਵਾਨ ਸੀਗੇ ਤਖਤੀਆਂ ਫੜ ਕੇ ਵਿਰੋਧ ਕਰ ਰਹੇ ਸੀਗੇ BJP ਦਾ ਇਹ ਕਾਨੂੰਨਾਂ ਦਾ ਉਹਨਾਂ 'ਤੇ ਗੱਡੀ ਚੜਾ ਦਿੱਤੀ ਜਾਂਦੀ ਆ ਜਾਂ ਬਲਦੇਵ ਸਿੰਘ ਸਿਰਸਾ ਨੇ ਉਹਨਾਂ ਦੇ ਬੇਟੇ 'ਤੇ ਹਮਲਾ ਹੁੰਦਾ ਹੈ ਲੱਗ ਨਹੀਂ ਰਿਹਾ ਇਹ ਜਿਹੜਾ ਕਦਮਾਂ ਕੋਈ ਨਾ ਕੋਈ ਸਖਤ ਕਦਮ ਪਹਿਲਾਂ ਚੁੱਕਣਾ ਚਾਹੀਦਾ ਸੀ ਤਾਂ ਕਿ ਉਹਨਾਂ ਦੀਆਂ ਪਹਿਲਾਂ ਹੀ ਜਿਹੜੀਆਂ ਚਾਲਾਂ ਨੇ ਉਹਨਾਂ ਨੂੰ ਰੋਕਿਆ ਜਾ ਸਕਦਾ ਦੇਖੋ ਜੀ ਅਸੀਂ ਤਾਂ ਪਹਿਲਾਂ ਤੋਂ ਹੀ ਨੌਜਵਾਨ ਸੀਗੇ ਜਿਹੜੇ ਉਹ ਤਾਂ ਅਸੀਂ ਵੇਟ ਕਰ ਰਹੇ ਸੀਗੇ ਸੰਯੁਕਤ ਮੋਰਚਾ ਦੇ ਸਾਡੇ ਆਗੂ ਆ ਜਿਹੜੇ ਉਹਨਾਂ ਦੀ ਕੋਈ ਵੀ ਅਜਿਹੀ ਗੋਲ ਆਵੇ ਤੇ ਅਸੀਂ ਤਿਆਰ ਬੈਠੇ ਆ ਜੇ ਸਾਨੂੰ ਅਸੀਂ ਸਰਹੱਦਾਂ ਤੇ ਲੜ ਸਕਦੇ ਆ ਤੇ ਇੱਥੇ ਵੀ ਅਸੀਂ ਆਪਦੇ ਹੱਕਾਂ ਲਈ ਵੀ ਲੜਨਾ ਵੀ ਆਉਂਦਾ ਸਨ ਅਸੀਂ ਉਹ 6ਵੇਂ ਪਾਤਸ਼ਾਹ ਨੇ ਸਾਨੂੰ ਮੀਰੀ ਪੀਰੀਆਂ ਦੇ ਉਹਨਾਂ ਕੋਲੇ ਦੋ ਤਲਵਾਰਾਂ ਸੀ ਸ਼ਾਂਤੀ ਵਾਲਾ ਕੰਮ ਵੀ ਆਉਂਦਾ ਤੇ ਸਾਨੂੰ ਤਲਵਾਰ ਚੱਕਣੀ ਵੀ ਆਉਂਦੀ ਹੈ ਇਹ ਕਿੰਨੇ ਟਾਈਮ ਲਈ ਰੋਡ ਜਾਮ ਕੀਤਾ ਗਿਆ ਇਹ ਤਾਂ ਜੀ ਕੋਈ ਟਾਈਮ ਨਹੀਂ ਹੈ ਇਹਦਾ ਇਹ ਤਾਂ ਅਸੀਂ ਬਸ ਬੰਦ ਕਰਤਾ ਇਹ ਬੰਦ ਹੀ ਰਹਿਣਾ ਜੀ 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 ਵੱਡੀ ਖਬਰ ਹੈ ਕਿ ਕਿਸਾਨਾਂ ਵੱਲੋਂ ਇਹ ਜਿਹੜਾ ਰੋਡ ਆ ਉਹ ਜਾਮ ਕੀਤਾ ਗਿਆ ਇਹ ਹੋਰ ਵੀ ਸਾਡੇ ਨਾਲ ਵੀਰ ਨੇ ਹਾਂਜੀ ਵੀਰ ਜੀ ਵੈਗਰੂ ਖਾਲਸਾ ਬਾਈ ਜੀ ਫਤਿਹ ਕੀ ਨਾਮ ਹੈ ਜੀ ਪ੍ਰਭਜੋਤ ਸਿੰਘ ਪ੍ਰਭਜੋਤ ਜੀ ਕੀ ਲੱਗ ਰਿਹਾ ਹੈ ਜਿਹੜਾ BJP ਵੱਲੋਂ ਇਦਾਂ ਦੇ ਆ ਜਿਹੜਾ ਸ਼ਰਾਰਤੀ ਅੰਸਰ ਭੇਜ ਕੇ ਕਿਸਾਨ ਆਗੂਆਂ ਤੇ ਹਮਲਾ ਕੀਤਾ ਜਾਂਦਾ ਜਿਹੜੇ ਕਿਸਾਨੀ ਅੰਦੋਲਨ ਦੇ ਹੱਕ ਦੇ ਵਿੱਚ ਆਵਾਜ਼ ਉਠਾਉਂਦੇ ਨੇ ਨੌਜਵਾਨ ਪਟਿਆਲਾ ਦੇ ਵਿੱਚ ਹਮਲਾ ਹੋਇਆ ਸਿਰਸਾ ਸਾਹਿਬ ਦੇ ਬੇਟੇ ਤੇ ਹਮਲਾ ਹੋਇਆ ਹੋਰ ਵੀ ਇਦਾਂ ਦੀਆਂ ਕਈ ਘਟਨਾਵਾਂ ਨੇ ਜਿਹੜੀਆਂ ਹੁੰਦੀਆਂ ਨੇ ਕੀ ਕਹਿੰਦੇ ਅਸਲ ਦੇ ਵਿੱਚ ਬੁਖਲਾਹਟ ਹੈ ਜੀ ਸੱਤਾ ਜਦੋਂ ਆਪਣੇ ਹੰਕਾਰ ਦੇ ਨਸ਼ੇ ਦੇ ਵਿੱਚ ਹੁੰਦੀ ਹੈ ਨਾ ਤਾਂ ਫਿਰ ਉਹ ਜਦੋਂ ਕਹਿੰਦੇ ਦੀਵਾ ਬੁਝਣਾ ਹੁੰਦਾ ਉਹਦੀ ਲਾਟ ਵੱਡੀ ਹੋ ਜਾਂਦੀ ਹੈ ਇਹ ਆਪਣੇ ਜ਼ੁਲਮ ਦੀ ਇੰਤਹਾ ਜਿਹੜੀ ਜ਼ੁਲਮ ਦੇ ਸਿਖਰ ਵੱਲ ਵੱਧ ਰਹੇ ਆ ਪਰ ਲੋਕ ਵੀ ਜਿਹੜੇ ਇੱਟ ਦਾ ਜਵਾਬ ਫਿਰ ਪੱਥਰ ਨਾਲ ਹੀ ਦੇ ਰਹੇ ਆ ਲੱਗ ਨਹੀਂ ਰਿਹਾ ਕਿ ਇਹ ਜਿੱਦਾਂ ਪਹਿਲਾਂ ਹਮਲਾ ਹੋਇਆ ਪਟਿਆਲੇ ਦੇ ਵਿੱਚ ਹੋਇਆ ਜਾਂ ਸਿਰਸਾ ਸਾਹਿਬ ਦੇ ਬੇਟੇ ਤੇ ਹੋਇਆ ਲੱਗ ਨਹੀਂ ਰਿਹਾ ਉਦੋਂ ਕੋਈ ਸਖਤ ਕਦਮ ਚੁੱਕਣਾ ਚਾਹੀਦਾ ਸੀਗਾ ਜਥੇਬੰਦੀਆਂ ਨੂੰ ਤਾਂ ਕਿ ਇਹਨਾਂ ਨੂੰ ਰੋਕਿਆ ਜਾਂਦਾ ਬਿਲਕੁਲ ਹੋਣਾ ਚਾਹੀਦਾ ਸੀਗਾ ਇਹ ਜੇ ਸਖਤ ਕਦਮ ਚੁੱਕਿਆ ਹੁੰਦਾ ਉਦੋਂ ਹੀ ਉਹਦਾ ਜਵਾਬ ਦਿੱਤਾ ਹੁੰਦਾ ਜਿਵੇਂ ਆਪਾਂ ਅੱਜ ਸਿਗਨੀਫੀਕੈਂਟ ਰੂਪ ਦੇ ਵਿੱਚ ਇੱਥੇ ਇਕੱਠੇ ਹੋਏ ਆ ਐਦਾਂ ਹੀ ਕਿਤੇ ਨਾ ਕਿਤੇ ਆਪਾਂ ਇਕੱਠੇ ਹੋਏ ਹੁੰਦੇ ਜਾਂ ਕਿਸੇ BJP ਦੇ ਵੱਡੇ ਆਗੂ ਦਾ ਘਰ ਘੇਰਿਆ ਹੁੰਦਾ ਕੈਬਨਿਟ ਮਿਨਿਸਟਰ ਦਾ ਸੋਮ ਪ੍ਰਕਾਸ਼ ਕੈਬਨਿਟ ਮਿਨਿਸਟਰ ਨੇ ਪੰਜਾਬ ਤੋਂ ਉਹਨਾਂ ਦਾ ਘਰ ਘੇਰਿਆ ਹੁੰਦਾ ਇਦਾਂ ਦਾ ਕੋਈ ਆਪਾਂ ਰਿਐਕਸ਼ਨ ਕੀਤਾ ਹੁੰਦਾ ਤਾਂ ਸ਼ਾਇਦ ਅੱਜ ਵਾਲੀ ਇਹ ਨੌਬਤ ਨਾ ਆਉਂਦੀ ਕੁਝ ਪਤਾ ਲੱਗਿਆ ਬਈ ਕਿਹਨੇ ਹਮਲਾ ਕੀਤਾ ਕੁਝ ਇਦਾਂ ਦੇ ਸੋ ਸਾਹਮਣੇ ਆਏ ਨੇ ਜਿਹੜੇ ਸੋਰਸ ਸਾਡੇ ਕੋਲ ਆਏ ਆ ਉਹਨਾਂ ਦੇ ਮੁਤਾਬਕ ਤਾਂ ਇਹ ਆ ਕਿ ਕੁਲਦੀਪ ਯਾਦਵ ਨੇ ਜਿਹੜੇ ਮਤਲਬ ਕਿ MLA ਨੇ ਉਥੋਂ ਉਸ ਇਲਾਕੇ ਤੋਂ ਜਿੱਥੇ ਅਲਵਰ ਦੇ ਵਿੱਚ ਘਟਨਾ ਵਾਪਰੀ ਹੈ ਉਹਨਾਂ ਨੇ ਰਕੇਸ਼ ਕੈਦ ਸਾਹਿਬ ਦੀ ਗੱਡੀ ਤੇ ਪਿੱਛੋਂ ਗੋਲੀ ਮਾਰੀ ਹੈ ਜੀ ਤਾਂ ਇਸ ਕਰਕੇ ਮਤਲਬ ਇਹਨੂੰ ਕਦਾ ਚਿੱਤ ਵੀ ਬਰਦਾਸ਼ਤ ਨਹੀਂ ਕੀਤਾ ਜਾਊਗਾ ਔਰ ਅਸੀਂ ਇਹ ਚੇਤਾਵਨੀ ਵੀ ਦੇਣਾ ਚਾਹੁੰਦਾ BJP ਦੇ ਸਾਰੇ ਆਗੂਆਂ ਨੂੰ ਹਿੰਦੁਸਤਾਨ ਦੇ ਵਿੱਚ ਕਿ ਮਲੋਟ ਦੇ ਵਿੱਚ ਤੁਹਾਡੇ ਕੱਪੜੇ ਹੀ ਪਾਟੇ ਆ ਹਜੇ ਤੁਸੀਂ ਲੋਕਾਂ ਨੂੰ ਫਿਰ ਕੁਝ ਹੋਰ ਕਰਨ ਤੇ ਮਜਬੂਰ ਨਾ ਕਰੋ ਸ਼ਾਂਤਮਈ ਅੰਦੋਲਨ ਇਹਨੂੰ ਸ਼ਾਂਤਮਈ ਹੀ ਰਹਿਣ ਦਿਓ ਬਾਅਦ ਦੇ ਵਿੱਚ ਸੱਤਾ ਆਪ ਜਿਹੜੀ ਆ ਫਿਰ ਹਿੰਸਾ ਕਰਕੇ ਉਹ ਆਪ ਸਾਨੂੰ ਅਸਲ 'ਚ ਹਿੰਸਕ ਕਰਨਾ ਚਾਹੁੰਦੇ ਆ ਪਰ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਡੈਮੋਕ੍ਰੈਟਿਕ ਸੈਟਅਪ ਦੇ ਵਿੱਚ ਲੋਕਾਂ ਕੋਲੇ ਡੈਮੋਕ੍ਰੈਟਿਕ ਸੈਟਅਪ ਦੇ ਵਿੱਚ ਰਹਿ ਕੇ ਆਪਣੀ ਗੱਲ ਕਹਿਣ ਦਾ ਪ੍ਰੋਟੈਸਟ ਕਰਨ ਦਾ ਰਾਈਟ ਹੈ ਪਰ ਤੁਸੀਂ ਉਹ ਆਪ ਹਿੰਸਾ ਕਰਾ ਕੇ ਸਾਨੂੰ ਹਿੰਸਾ ਵੱਲ ਧੱਕਣਾ ਚਾਹੁੰਦੇ ਆ ਪਰ ਹੱਥ ਫਿਰ ਲੋਕਾਂ ਦੇ ਵੀ ਨਹੀਂ ਬੰਨੇ ਹੋਏ ਮਲੋਟ ਦੇ ਵਿੱਚ ਜਿਹੜੀ ਹਿੰਸਾ ਹੋਈ ਹੈ ਜੋ 26 ਜਨਵਰੀ ਤੋਂ ਲੈ ਕੇ ਨਵਰੀਤ ਦੀ ਸ਼ਹਾਦਤ ਤੋਂ ਲੈ ਕੇ ਜੱਗੀ ਸਿੰਘ ਦੇ ਵਾਲ ਪੁੱਟਣ ਦੀ ਪੱਗ ਲਾਉਣ ਤੋਂ ਲੈ ਕੇ ਭਾਈ ਰਣਜੀਤ ਸਿੰਘ ਦੀ ਪੱਗ ਜਿਹੜੀ ਆ ਬੂਟਾਂ ਥੱਲੇ ਰੋਲਣ ਤੋਂ ਲੈ ਕੇ ਜਿੰਨੀਆਂ ਵੀ ਘਟਨਾਵਾਂ ਦੀ ਪਹਿਲ ਇਹਨਾਂ ਨੇ ਕੀਤੀ ਹੈ ਉਹਦੇ ਰਿਐਕਸ਼ਨ ਦੇ ਵਿੱਚ ਹੋਇਆ ਜੋ ਕੁਝ ਵੀ ਹੋਇਆ ਤੇ ਜੇ ਇਦਾਂ ਕਰਨਗੇ ਐਕਸ਼ਨ ਤਾਂ ਰਿਐਕਸ਼ਨ ਇਸ ਤੋਂ ਵੱਡਾ ਵੀ ਹੋ ਸਕਦਾ ਜੀ ਧੰਨਵਾਦ ਜੀ ਹਾਂਜੀ ਮੋਦੀ ਸਰਕਾਰ ਜਦ ਨਹੀਂ ਹੋਣ ਦਵਾਂਗੇ ਪਹਿਲਾਂ ਹੀ ਜਦੋਂ ਪਟਿਆਲਾ ਦੇ ਵਿੱਚ ਕੁਝ ਨੌਜਵਾਨਾਂ ਦੇ ਉੱਪਰ ਗੱਡੀ ਚੜਾ ਦਿੱਤੀ ਜਾਂਦੀ ਆ ਜਾਂ ਬਲਦੇਵ ਸਿੰਘ ਸਰਸਾ ਕਿਸਾਨ ਆਗੂ ਨੇ ਉਹਨਾਂ ਦੇ ਬੇਟੇ ਤੇ ਹਮਲਾ ਹੁੰਦਾ ਏ ਉਦੋਂ ਹੀ ਕਿਸਾਨਾਂ ਨੂੰ ਸਖਤ ਟਰੱਕ ਦਿਖਾ ਟਰੱਕ ਤਾਂ ਟਰੱਕਾਂ ਦੀਆਂ ਤਸਵੀਰਾਂ ਜਾਮ ਕਿੱਡਾ ਵੱਡਾ ਇਹ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਲਾਈਵ ਤੁਸੀਂ ਜੁੜੇ ਹੋਏ ਹੋ ਜਿਹੜਾ ਲਾਈਵ ਤਸਵੀਰਾਂ ਦੇਖ ਰਹੇ ਹੋ KMP ਹਾਈਵੇ ਆ ਜਿਹੜਾ ਅਣਮਿੱਥੇ ਸਮੇਂ ਦੇ ਲਈ ਰੋਕ ਦਿੱਤਾ ਗਿਆ ਤਾਂ ਵੱਡਾ ਜਾਮ ਹੈ ਟ੍ਰੈਫਿਕ ਉਹ ਜਾਮ ਕੀਤੀ ਗਈ ਆ ਵੱਡੀ ਗਿਣਤੀ 'ਚ ਜਿਹੜੇ ਟਰੱਕ ਗੱਡੀਆਂ ਮੋਟਰਾਂ ਨੇ ਜਿਹੜੀਆਂ ਉਹ ਰੋਡ ਦੇ ਉੱਪਰ ਖੜੀਆਂ ਨੇ ਕਿਸਾਨਾਂ ਵੱਲੋਂ ਇੱਥੇ ਜਾਮ ਲਗਾ ਦਿੱਤਾ ਗਿਆ ਇੱਥੇ ਜਾ ਰਹੇ ਤਾਂ ਵੱਡਾ ਜਾਮ ਹੈ ਦੂਰ ਤੱਕ ਜਿੱਥੋਂ ਤੱਕ ਵੀ ਤੁਹਾਡੀ ਨਜ਼ਰ ਜਾਏਗੀ ਤਾਂ ਜਿਹੜਾ ਉੱਥੋਂ ਤੱਕ ਟਰੱਕ ਹੈ ਜਿਹੜੇ ਰੋਕ ਦਿੱਤੇ ਗਏ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਉਹ ਕਿਸ ਤਰ੍ਹਾਂ ਦੇਖਦੇ ਨੇ ਵੱਡਾ ਜਾਮ ਹੈ ਜਿਹੜਾ ਉਹ ਇੱਥੇ ਲਗਾ ਦਿੱਤਾ ਗਿਆ ਹੈ ਵੱਡੀ ਗਿਣਤੀ 'ਚ ਟਰੱਕ ਮੋਟਰਾਂ ਗੱਡੀਆਂ ਨੇ ਜਿਹੜੀਆਂ ਉਹ ਇੱਥੇ ਗੱਡੀਆਂ ਨੇ